ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਤੇ ਸਵਾਗਤ ਕਰਦਾ ਸਭ ਦਾ ਤੁਹਾਡੇ ਆਪਣੇ ਫੇਵਰਟ ਪੰਜਾਬੀ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਜੀ ਪੀਟੀਸੀ ਸਪੌਟਲਾਈਟ ਦੋਸਤੋ ਅੱਜ ਮੈਂ ਜਿੰਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਉਹਨਾਂ ਦੀ ਗਾਇਕੀ ਤੇ ਉਹਨਾਂ ਦੀ ਕਲਮ ਦੋਨੋਂ ਹੀ ਕਮਾਲ ਦੀਆਂ ਨੇ ਜੀ ਬਿਲਕੁਲ ਮੈਂ ਗੱਲ ਕਰ ਰਿਹਾ ਜੀ ਇੰਦਰ ਪੰਡੋਰੀਤੀ ਵੈਲਕਮ ਭਾਜੀ ਪੀਟੀਸੀ ਸਪੌਟਲਾਈਟ ਤੇ ਥੈਂਕ ਯੂ ਭਾਜੀ ਸਸੀਗਾਲ ਸਭ ਤੋਂ ਪਹਿਲਾਂ ਜਿੰਨੇ ਵੀ ਪੀਟੀਸੀ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਸੀਗਾਲ ਜੀ ਅੱਛਾ ਬੜੀ ਨਵਾਂ ਸਫਰ ਕਿਵੇਂ ਚੱਲ ਰਿਹਾ ਹੈ ਗਾਇਕੀ ਦਾ ਨਵਾਂ ਬਸ ਪਹਿਲਾਂ ਵਾਂਗੂ ਹੀ ਆ ਕੋਈ ਜ਼ਿਆਦਾ ਕੋਈ ਨਹੀਂ ਲੱਗਦਾ ਪਿਆ ਚੇਂਜ ਨਹੀਂ ਲੱਗਦੀ ਭਈ ਪਹਿਲਾਂ ਵਸ ਕਿਸੇ ਦੇ ਲਈ ਕਰਦੇ ਸੀ ਹੁਣ ਆਪਣੇ ਲਈ ਕਰਦੇ ਆ ਬਟ ਪਹਿਲਾਂ ਹੁੰਦਾ ਨਾ ਤੁਸੀਂ ਸਕਰੀਨ ਤੇ ਵੀ ਨਹੀਂ ਆਉਂਦੇ ਹਨਾ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਕੰਮ ਕਰਦੇ ਹੋ ਹਨਾ ਕਿ ਤੁਹਾਡਾ ਗਾਣਾ ਲਿਖਿਆ ਸਿੰਗਰ ਕੌਂਦਾ ਲਾਈਮਲਾਈਟ ਉਹ ਲੈ ਜਾਂਦਾ ਸਾਰੀ ਬਟ ਹੁਣ ਤੁਸੀਂ ਖੁਦ ਪਰਫਾਰਮ ਵੀ ਕਰ ਰਹੇ ਹੋ ਕਿ ਹਨਾ ਕਿ ਵੀਡੀਓ ਵੀ ਕਰ ਰਹੇ ਹੋ ਗਾ ਵੀ ਰਹੇ ਹੋ ਲੋਕਾਂ 'ਚ ਖੁਦ ਜਾ ਕੇ ਵਿਚਰ ਰਹੇ ਹੋ ਸੋ ਕਿਵੇਂ ਲੱਗ ਰਿਹਾ ਕਿਵੇਂ ਦੀ ਫੀਲਿੰਗ ਹੈਗੀ ਬਹੁਤ ਵਧੀਆ ਫੀਲਿੰਗ ਹੈ ਬਹੁਤ ਪਿਆਰ ਮਿਲਦਾ ਤੇ ਵੈਸੇ ਪਹਿਲਾਂ ਲਿਰਿਕਸ ਲਿਰਿਸਟ ਨੂੰ ਜਾਂ ਲਿਖਣ ਨੂੰ ਰਾਈਟਿੰਗ ਨੂੰ ਮੈਂ ਪ੍ਰੋਫੈਸ਼ਨ ਨਹੀਂ ਬਣਾਇਆ ਸੀ ਇਹ ਤਾਂ ਮੈਂ ਜਾਰੀ ਦੋਸਤੀ ਦੇ ਵਿੱਚ ਹੀ ਗਾਣੇ ਦਿੱਤੇ ਸਾਰੇ ਆਪਣੇ ਮਿੱਤਰ ਭਰਾ ਜਿਹੜਾ ਵੀ ਆਪਣੇ ਕੋਲ ਪਹੁੰਚਦਾ ਸੀ ਜਾਂ ਸਾਨੂੰ ਕੋਈ ਮਿਲਦਾ ਸੀ ਤਾਂ ਗਾਣੇ ਲੈ ਜਾਂਦਾ ਸੀ ਉਹ ਮਕਬੂਲ ਬਹੁਤ ਹੋ ਗਏ ਗਾਣੇ ਪਿਆਰ ਬਹੁਤ ਮਿਲਿਆ ਫਿਰ ਹੌਲੀ ਹੌਲੀ ਵਿੱਚ ਇੱਕ ਦੋ ਕਾਰਨ ਹੋਏ ਵੀ ਮੈਨੂੰ ਆਪ ਗਾਇਕੀ ਦੇ ਵਿੱਚ ਆਉਣਾ ਪਿਆ ਪਰ ਹੁਣ ਬਹੁਤ ਵਧੀਆ ਮੈਂ ਪਹਿਲਾ ਗਾਣਾ ਕੀਤਾ ਤੇ ਉਹ ਸੁਪਰ ਡੂਪਰ ਹਿੱਟ ਗਿਆ ਤੇ ਤੁਸੀਂ ਸਭ ਤੋਂ ਪਹਿਲਾਂ ਮੈਂ ਗੱਲ ਥੋੜੀ ਜੀ ਰੋਕ ਕੇ ਮੈਂ ਪੀਡੀਸੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰਾ ਗਾਣਾ ਖੋਲਿਆ ਪਹਿਲਾ ਹਾਂਜੀ ਤੇ ਐਕਸਕਲੂਸਿਵ ਖੋਲਿਆ ਸੀ ਹਾਂਜੀ ਤੇ ਅਗਲੇ ਗਾਣੇ ਵੀ ਮੇਰੇ ਦੋ ਸ਼ਰੀਬ ਬਦਮਾਸ਼ ਤੇ ਡੋਲੀ ਵਾਲੀ ਗਾੜ ਵੀ ਪੀਡੀਸੀ ਨੇ ਚਲਾਇਆ ਤੇ ਬਹੁਤ-ਬਹੁਤ ਧੰਨਵਾਦ ਪਹਿਲਾਂ ਸਭ ਤੋਂ ਪੀਡੀਸੀ ਦਾ ਤੇ ਬਹੁਤ ਪਿਆਰ ਮਿਲਦਾ ਜੀ ਜਿੱਥੇ ਵੀ ਜਾਂਦੇ ਹਾਂ ਹੁਣ ਜਿਆਦਾ ਫੇਸ ਵੈਲਿਊ ਹੁਣ ਜਿਆਦਾ ਲੋਕ ਪਛਾਣਨ ਲੱਗ ਪਏ ਹਾਂ ਅੱਛਾ ਜਦੋਂ ਸਭ ਤੋਂ ਪਹਿਲਾ ਗਾਣਾ ਤੁਸੀਂ ਕਿਸ ਨੂੰ ਦਿੱਤਾ ਸੀਗਾ ਦਿਲ 'ਚ ਕੀ ਖਿਆਲ ਸੀਗਾ ਕਿ ਭਈ ਮੈਂ ਗਾਣੇ ਲਿਖਿਆ ਕਰਨ ਜਾਂ ਅੱਗੇ ਚੱਲ ਕੇ ਗ ਪਹਿਲਾਂ ਐਕਚੁਅਲੀ ਜਦੋਂ ਲਿਖਣਾ ਸ਼ੁਰੂ ਕੀਤਾ ਸੀ ਮੈਂ 2014 ਤੋਂ ਸ਼ੁਰੂ ਕੀਤਾ ਵੈਸੇ ਅਸੀਂ ਫਰੈਂਡ ਸਰਕਲ ਦੇ ਵਿੱਚ ਵਿਆਹਾਂ ਵਿਹਾਂ ਦੇ ਵਿੱਚ ਜਾਂਦੇ ਹੁੰਦੇ ਬੋਲੀਆਂ ਪਾਉਣ ਲੱਪੰਦੇ ਸੀ ਇੱਕ ਦੂਜੇ ਦੇ ਬਣਾ ਕੇ ਤੇ ਹੌਲੀ ਹੌਲੀ ਫਿਰ ਮੈਨੂੰ ਉੱਥੇ ਕਿਸੇ ਨੇ ਕਿਹਾ ਵੀ ਤੂੰ ਤੂੰ ਗੱਲਾਂ ਵਧੀਆ ਜੋੜ ਲੈਣਾ ਤੇ ਹੁਣ ਤੂੰ ਗਾਣੇ ਲਿਖਿਆ ਕਰ ਮੈਂ ਗਾਣੇ ਟਰਾਈ ਕੀਤੇ ਮੈਂ ਤਾਂ ਵੈਸੇ 11 ਯਾਰਾਂ ਦੋਸਤਾਂ ਨੂੰ ਸੁਣਾਉਣ ਨੂੰ ਹੀ ਕੀਤੇ ਸੀ ਟਰਾਈ ਐਦਿ ਮੇਰੇ ਦੋਸਤ ਆ ਸਖਬਾਲ ਔਜਲਾ ਭੱਜ ਗੀਤਕਾਰੀ 'ਚ ਬਹੁਤ ਵੱਡਾ ਨਾਮ ਉਹਨਾਂ ਦਾ ਅੱਛਾ ਜੀ ਤੇ ਉਹ ਮੈਨੂੰ ਮਿਲੇ ਉਹਨਾਂ ਨੂੰ ਇੱਕ ਵਾਰੀ ਮੈਂ ਗਾਣਾ ਇੱਕ ਦੋ ਗਾਣੇ ਸੁਣਾਏ ਤੇ ਉਹਨਾਂ ਨੂੰ ਯਾਦ ਰਹਿ ਗਏ ਉਹਨਾਂ ਨੇ ਗਾਹ ਬਲਰਾਜ ਭਾਜੀ ਨੂੰ ਸੁਣਾਏ ਤੇ ਉਹਨਾਂ ਨੇ ਫਿਰ ਪਹਿਲਾ ਗਾਣਾ ਮੇਰਾ ਬਲਰਾਜ ਭਾਈ ਨੇ ਰਿਕਾਰਡ ਕੀਤਾ ਸੀਗਾ ਜਿਹੜੀ ਗੱਡੀ ਤੇ ਕਨੇਡਾ ਲਿਖਿਆ ਤੇ ਉਹ ਬਹੁਤ ਵਧੀਆ ਰਿਹਾ ਅਗਲਾ ਗਾਣਾ ਵੀ ਉਹਨਾਂ ਨੇ ਗਾਇਆ ਫਿਰ ਹੌਲੀ-ਹੌਲੀ ਗਾਹ ਫਿਲਮਾਂ ਵਗੈਰਾ ਦੇ ਵਿੱਚ ਸ਼ੁਰੂ ਹੋ ਗਿਆ ਹਾਂਜੀ ਕੀ ਪਤਾ ਜਿਨੇ ਪਛਾਣ ਦਵਾਈ ਇੰਦਰ ਪੰਡੋਰੀ ਨੂੰ ਉਹ ਗਾਣਾ ਕਿਹੜਾ ਤੁਹਾਡੇ ਅਕੋਰਡਿੰਗ ਮੇਰਾ ਜੀ ਗਾਣੇ ਤਾਂ ਬੱਸੇ ਮੇਰੇ ਸਾਰੇ ਵਧੀਆ ਰਹੇ ਆ ਮੈਂ ਕਿਰਤਬਾਈ ਨਗਾਇਆ ਸੀ ਜੇਲ੍ਹਾਂ ਵਿੱਚੋਂ ਫੋਨ ਆਉਣਗੇ ਉਹ ਬਹੁਤ ਚੱਲਿਆ ਐਮੀ ਮਿਰਕਪਾਜੀ ਨਗਾਇਆ ਸੀ ਗਾਨੀ ਜੇਬ ਵਿੱਚੋਂ ਕੀ ਲੱਭਦਾ ਲੱਭਾ ਤੇਰੇ ਲਈ ਗਾਨੀਆਂ ਲੜੇ ਡੂਡ ਸੌਂਗਸ ਹੈਗਾ ਹਾਂਜੀ ਉਹ ਵਧੀਆ ਚੱਲੇ ਤੇ ਇੱਕ ਗਾਣਾ ਕੈਂਬੀ ਵੀਰੇ ਨਗਾਇਆ ਸੀਗਾ ਤੇਰੇ ਵਰੇ ਗੋਬਿੰਦ ਧਾਰਮਿਕ ਸੌਂਗ ਸੀ ਹਾਂਜੀ ਸਹੀ ਹੈ ਜੀ ਹਾਂਜੀ ਮਤਲਬ ਕਾਫੀ ਤੁਸੀਂ ਵਰਸ ਸਟਾਈਲ ਲਿਖਦੇ ਹੋ ਹਨਾ ਸਾਰਾ ਕੁਝ ਤਕਰੀਬਨ ਲਿਖ ਲੈਂਦੇ ਹੋ ਹਿਪ ਹੌਪ ਵੀ ਸੈਡ ਵੀ ਔਰ ਚੱਕਵੇਂ ਗਾਣੇ ਪੂਰੇ ਹਨਾ ਹਾਂਜੀ ਵੈਸੇ ਮੇਰਾ ਜਿਆਦਾ ਜਿਆਦਾ ਮੈਂ ਧਾਰਮਿਕ ਲਿਖਦਾ ਗਾਣੇ ਔਰ ਘੱਟ ਰਿਕਾਰਡ ਹੁੰਦੇ ਆ ਤੇ ਪਤਾ ਨਹੀਂ ਸਾਰੇ ਕਮਰਸ਼ੀਅਲ ਨੂੰ ਅੱਜ ਅੱਜਕੱਲ ਪਏ ਹੋਏ ਆ ਤੇ ਮੈਂ ਐਲਬਮ ਵੀ ਕਰ ਰਿਹਾ ਆ ਆਪ ਲਿਖੇ ਹੋਏ ਧਾਰਮਿਕ ਗਾਣੇ ਤੇ ਪੂਰੇ ਵੱਡੇ ਪੱਧਰ ਤੇ ਕਰਾਂਗੇ ਤੇ ਹਾਂਜੀ ਜਿਆਦਾ ਮੈਨੂੰ ਧਾਰਮਿਕ ਲਿਖਣੇ ਪਸੰਦ ਆ ਪਰ ਜਿੱਦਾਂ ਦਾ ਮੂਡ ਹੁੰਦਾ ਲਿਖ ਲਈਦਾ ਵੈਸੇ ਸਾਰੇ ਤਰ੍ਹਾਂ ਦਾ ਟਰਾਈ ਕਰਦਾ ਮੈਂ ਅਸਲ ਤਾਂ ਕੋਈ ਖਾਸ ਡਿਮਾਂਡ ਆਦੀ ਕਿ ਵੀ ਇਸ ਤਰੀਕੇ ਦਾ ਗਾਣਾ ਲਿਖਣਾ ਜਿਵੇਂ ਜੇਲਾ ਚੋਂ ਫੋਨ ਆਉਣਗੇ ਹਨਾ ਬਟ ਤੁਸੀਂ ਜੋ ਦੇਖਣ ਨੂੰ ਲੱਗਦੇ ਹੋ ਜਾਂ ਜੋ ਤੁਸੀਂ ਕਹਿੰਦਾ ਕਿ ਮੈਨੂੰ ਪਸੰਦ ਆ ਲਿਖਣਾ ਧਾਰਮਿਕ ਹਨਾ ਉਹਦੇ ਅਕੋਰਡਿੰਗ ਬਿਲਕੁਲ ਡਿਫਰੈਂਟ ਹੈਗਾ ਹਨਾ ਸੋ ਉਹ ਉਹ ਕਿੰਨਾ ਮਤਲਬ ਮੈਂ ਨਹੀਂ ਕਰ ਲੈਂਦੇ ਉਹ ਨਹੀਂ ਇਹ ਤਾਂ ਕੋਈ ਵੀ ਬੰਦਾ ਸਰਤਾਜ ਭਾਈ ਦੀ ਲਾਈਨ ਹਰ ਆਦਮੀ 'ਚ ਹੁੰਦਾ ਇੱਕ ਨੇਕ ਇਨਸਾਨ ਹਨਾ ਹਰ ਆਦਮੀ ਦੇ ਅੰਦਰ ਸ਼ੈਤਾਨ ਹੁੰਦਾ ਹੈ ਯਾਸ਼ ਹੁੰਦਾ ਹੈ ਤੇ ਸਾਰੇ ਹਰੇਕ ਹਰੇਕ ਤਰ੍ਹਾਂ ਦਾ ਮੂਡ ਹੁੰਦਾ ਜਿੱਦਾਂ ਦਾ ਇਨਸਾਨ ਅੰਦਰ ਉਹ ਜਾਗਿਆ ਹੁੰਦਾ ਸ਼ੈਤਾਨ ਜਾਗਿਆ ਹੁੰਦਾ ਫਿਰ ਸ਼ੈਤਾਨ ਵਾਲੇ ਲਿਖ ਲੈਣਾ ਜੇ ਨੇਕ ਇਨਸਾਨ ਵਾਲਾ ਜਾਗਿਆ ਧਾਰਮਿਕ ਪੱਖ ਜਾਗਿਆ ਫਿਰ ਮੈਂ ਉਦਾਂ ਦਾ ਇਹ ਜਾਗਦਾ ਕਿਦਾਂ ਕੋਈ ਖਾਸ ਕੋਈ ਟੋਨਿਕ ਪੀ ਲੋੜ ਪੈਂਦੀ ਤਾਂ ਤੁਸੀਂ ਇਹਦਾ ਭਾਜੀ ਤੁਹਾਨੂੰ ਪਤਾ ਹੀ ਆ ਵੀ ਕਿਸੇ ਵੀ ਬੰਦੇ ਦਾ ਮੂਡ ਸੇਮ ਨਹੀਂ ਰਹਿੰਦਾ ਬਿਲਕੁਲ 24 ਘੰਟੇ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਤਰੀਕ ਦੇ ਮੂਡ ਆਉਂਦਾ ਰਹਿੰਦਾ ਹਾਂਜੀ ਹਾਂ ਹੁੰਦਾ ਰਹਿੰਦਾ ਤੇ ਉਸ ਉਸ ਤਰੀਕੇ ਦੇ ਨਾਲ ਮੈਂ ਢਾਲ ਲੈਣਾ ਜਿੱਦਾਂ ਦੀ ਗੱਲ ਦਿਮਾਗ ਚ ਆਈ ਉਦਾਂ ਦਾ ਲੈ ਲੈਂਦਾ ਹਾਂਜੀ ਸਰ ਕੋਈ ਖਾਸ ਮਾਹੌਲ ਵੀ ਹੁੰਦਾ ਜਦੋਂ ਲਿਖਦੇ ਹੋ ਜਿੱਦਾਂ ਖਾਸ ਮ ਨਹੀਂ ਐਦਾਂ ਦੇ ਕੋਈ ਖਾਸ ਗੱਲ ਨਹੀਂ ਵੀਰੇ ਸਹੀ ਹੈ ਹਾਂਜੀ ਜਦੋਂ ਜਦੋਂ ਗਾਣਾ ਕਿਸੇ ਨੂੰ ਦਿੰਦੇ ਹੋ ਹਨਾ ਲਿਖ ਕੇ ਇੱਕ ਉਹ ਵੱਖਰਾ ਫੀਲ ਹੁੰਦਾ ਹੈ ਜਦੋਂ ਆਪਣੇ ਲਈ ਬੰਦਾ ਖੁਦ ਲਿਖਦਾ ਹੈ ਨਾ ਆਪਣੇ ਆਪ ਦੇ ਲਈ ਤੇ ਉਦੋਂ ਕੁਝ ਖਾਸ ਜ਼ਿਆਦਾ ਕੌਂਸ਼ੀਅਸ ਹੁੰਦੇ ਹੋ ਜਾਂ ਕੁਝ ਚੱਲਦਾ ਕਿ ਭਈ ਕੁਝ ਨਹੀਂ ਵੀਰੇ ਨਾ ਲਿਖਦਾ ਹੀ ਆਪ ਦੇ ਲਈਆਂ ਗਾਣੇ ਆਪਣੀ ਰੂਹ ਲਈ ਲਿਖਦਾ ਮੈਂ ਉਹ ਤਾਂ ਬਾਅਦ ਚ ਕਿਸੇ ਨੂੰ ਪਸੰਦ ਆ ਜਾਂਦਾ ਲੈ ਜਾਂਦਾ ਸੀ ਪਰ ਹੁਣ ਤਾਂ ਮੈਂ ਬੰਦ ਕੀਤੇ ਹੋਏ ਆ ਹੁਣ ਮੈਂ ਆਪਣੇ ਆਪ ਹੀ ਕਰਦਾ ਹੁਣ ਤਾਂ ਜੇ ਕੋਈ ਬਾਹਲਾ ਹੀ ਮੇਰਾ ਖਾਸ ਭਰਾ ਆ ਮਤਲਬ ਕਿ ਜਾਂ ਜਿੱਥੇ ਮਰਨੀ ਹੋ ਜਾਂਦਾ ਬੰਦੇ ਦਾ ਫੇ ਇੱਥੇ ਦੇਣਾ ਪੈਣਾ ਉੱਥੇ ਦਿੰਦਾ ਮੈਂ ਹਾਂਜੀ ਸਹੀ ਗੱਲ ਹੈ ਤੇ ਤੁਹਾਡਾ ਆਪਣਾ ਸਭ ਤੋਂ ਪਸੰਦੀਦਾ ਗਾਣਾ ਕਿਹੜਾ ਜਿਹੜਾ ਤੁਸੀਂ ਕਿਸੇ ਹੋਰ ਸਿੰਗਰ ਨੇ ਗਾਇਆ ਹੋਵੇ ਤੁਹਾਡਾ ਮੇਰਾ ਹੀ ਤੇਰੇ ਗੋਬਿੰਦ ਗਾਣਾ ਸਭ ਤੋਂ ਐਸ ਵੇਲੇ ਦਾ ਮੈਨੂੰ ਲੱਗਦਾ ਵੀ ਮੈਂ ਭਈ ਹੋ ਜੇ ਫਿਰ ਇਹ ਗਾ ਕੇ ਹੋ ਜੇ ਉਹ ਵੀ ਮੈਂ ਗਾ ਤਾਂ ਦੇਣਾ ਸੀ ਮੇਰਾ ਸਿਰ ਨੰਗਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਹਿਬੇ ਕਮਾਲ ਉਹਨਾਂ ਦਾ ਗਾਣਾ ਹੈ ਤੇ ਮੈਂ ਸਿਰ ਢੱਕ ਕੇ ਗਾ ਕੋਈ ਹੋਰ ਭਾਜੀ ਉੱਤੋਂ ਇਲਾਵਾ ਕੋਈ ਗਾ ਕੇ ਹੋ ਜੇ ਗਾਣਾ ਕੋਈ ਵੀ ਹੋਰ ਮੈਂ ਆਪਣਾ ਸੁਣਾ ਦਿੰਦਾ ਹਾਂਜੀ ਜਿਹੜਾ ਮੇਰਾ ਪਹਿਲਾ ਗਾਣਾ ਆਇਆ ਸੀ ਸਵ ਓਏ ਕਿਉਂ ਨਾ ਤੇਰੀ ਫਿਕਰ ਕਰਾਂ ਸਰਦਾਰਾ ਵੇ ਤੂੰ ਆਪਣੇ ਸਿਰ ਲੈ ਲੈਂਦਾ ਹਮਲੇ ਯਾਰਾਂ ਦੇ ਮੈਂ ਸੈਸ਼ਨ ਕੋਟ ਦੀ ਹੁੰਦੀ ਜੇ ਵਕੀਲ ਚੰਨਾ ਓ ਤੈਨੂੰ ਬਰੀ ਕਰਾਉਣ ਲਈ ਜੱਜ ਨਾਲ ਟਕਰਾ ਜਾਂਦੀ ਓਏ ਜੇ ਤੂੰ ਹੁੰਦਾ ਜਵਟਰ ਮੇਰਾ ਸੋਹਣਾ ਵੇ ਮਤਨ ਨੂੰ ਗਰਮੀਆਂ ਵਿੱਚ ਵੀ ਪਾ ਕੇ ਕਾਲਜ ਆ ਜਾਂਦੀ। ਕੀ ਬਾਤ ਹੈ ਕੀ ਬਾਤ ਹੈ। ਅੱਛਾ ਇਹ ਤੁਸੀਂ ਜਦੋਂ ਗਾਣਾ ਚੂਜ਼ ਕੀਤਾ ਕਿ ਪਹਿਲਾ ਗਾਣਾ ਮੈਂ ਇਹ ਵਾਲਾ ਕਰਨਾ ਹੈ। ਉਦੋਂ ਕਿ ਕੋਈ ਪਹਿਲਾਂ ਬਣਾ ਕੇ ਦੇਖਿਆ ਸੀਗਾ ਜਾਂ ਬਸ ਜਦੋਂ ਲਿਖਿਆ ਉਦੋਂ ਤੈਅ ਸੀਗਾ ਕਿ ਇਹ ਹੀ ਕਰਨਾ ਮੈਂ। ਅਸਲ 'ਚ ਅਸੀਂ ਜਦੋਂ ਸ਼ੁਰੂ ਕੀਤੀ ਸੀ ਮੈਂ ਨਾ ਸਿੰਗਿੰਗ ਸੋਚਿਆ ਸੀ ਇਧਰ ਨੂੰ ਉਦੋਂ ਅਸੀਂ 6-7 ਗਾਣੇ ਸ਼ੁਰੂ ਕਰ ਲਏ ਸੀ ਬਣਾਉਣੇ। ਠੀਕ ਹੈ। ਤੇ ਪਹਿਲਾਂ ਵੈਸੇ ਮੈਂ ਅਨਾਉਂਸ ਕੀਤਾ ਸੀ ਸਕੰਦਰ ਗਾਣੇ ਦਾ। ਉਹ ਥੋੜਾ ਲੇਟ ਹੋ ਗਿਆ। ਇਹ ਪਹਿਲਾਂ ਬਣ ਗਿਆ। ਸਹੀ ਮਤਲਬ ਕਿ ਇਹ ਨਹੀਂ ਕਰਦੇ ਸੋਚਿਆ ਪਹਿਲਾਂ ਕਿਹੜਾ ਕਰਨਾ ਦੂਜਾ ਕਿਹੜਾ ਕਰਨਾ ਜਿੱਦਾਂ ਜਿੱਦਾਂ ਬਣੀ ਜਾਂਦੇ ਆ ਗਾਣੇ ਹੁਣ ਵੀ ਜਿੱਦਾਂ ਬਣਦੇ ਪਏ ਆ ਉਦਾਂ ਉਦਾਂ ਅਸੀਂ ਬਾਰ ਬਾਰੀ ਕਰੀ ਜਾਂਦੇ ਆ ਜਿਆਦਾ ਵਿੱਚ ਕਾਲਜਾਂ ਵਾਲੇ ਗਾਣੇ ਆ ਸਹੀ ਹੈ ਹਾਂਜੀ ਅਸਲ 'ਚ ਕਾਲਜਾਂ ਦਾ ਬੜਾ ਖਾਸਾ ਪਿਆਰ ਲੱਗਦਾ ਮੈਨੂੰ ਅਸਲ 'ਚ ਮੇਰੇ ਦਿਲ ਦੀ ਤਮੰਨਾ ਸੀ ਬਹੁਤ ਜ਼ਿਆਦਾ ਵੀ ਮੈਂ ਕਾਲਜ 'ਚ ਪੜਾਂ ਤੇ ਕਾਲਜ ਜਾਵਾਂ ਤੇ ਉਹ ਪਤਾ ਨਹੀਂ ਬਾਹਰੋਂ ਮੁੜਦੇ ਰਹੇ ਆ ਅੰਦਰ ਜਾ ਨਹੀਂ ਹੋਇਆ ਸਹੀ ਹੈ ਤੇ ਹੁਣ ਜਿੰਨੀ ਫ੍ਰਸਟ੍ਰੇਸ਼ਨ ਆ ਮੈਂ ਉਹ ਗੀਤਾ ਰਾਹੀਂ ਕੱਢਦਾ ਆ ਤੇ ਕਈ ਜਿੱਦਾਂ ਪ੍ਰੋਗਰਾਮ ਹੁੰਦੇ ਆ ਕਾਲਜਾਂ ਦੇ ਸ਼ੋਅ ਆਉਂਦੇ ਆ ਤੇ ਮੈਨੂੰ ਕਈ ਵਾਰੀ ਫੋਨ ਆ ਜਾਂਦਾ ਭਾਜੀ ਸ਼ੋਅ ਕਰਾਉਣਾ ਆ ਤੇ ਕਿੰਨੇ ਪੈਸੇ ਲਵੋਗੇ ਮੈਂ ਅਗਲੇ ਨੂੰ ਮੈਂ ਇੰਨਾ ਪਿਆਰ ਕਹਿ ਲੋ ਵੀ ਕਾਲਜਾਂ ਦੇ ਨਾਲ ਜਾਂ ਮੈਨੂੰ ਜਾਣ ਨੂੰ ਆਪ ਦਾ ਇੰਨਾ ਦਿਲ ਕਰਦਾ ਹੁੰਦਾ ਮੈਂ ਕਾਲਜ ਵਿੱਚ ਪਰਫਾਰਮ ਕਰਨ ਦੇ ਨੂੰ ਮੈਂ ਕਹਿੰਦਾ ਕੋਈ ਨਹੀਂ ਜਿੰਨੇ ਮਰਜ਼ੀ ਦੇ ਦਿਓ ਵੀਰੇ ਕੀ ਬਾਤ ਹੈ ਵੀ ਅਗਲਾ ਨਾ ਡਰ ਨਾ ਜਾ ਵੀਰੇ ਰੇਟ ਸੋਲ ਕੇ ਪਰ ਇਹ ਬੜੀ ਕਾਰਨ ਕੀ ਸੀਗਾ ਜਿਹੜਾ ਕਾਲਜ ਨਹੀਂ ਜਾ ਪਾਇ ਉਹ ਵੀਰੇ ਮੈਂ ਆਰਮੀ ਦੇ ਵਿੱਚ ਹੋ ਗਿਆ ਸੀਗਾ ਪਲੱਸ 2 ਤੋਂ ਬਾਅਦ ਅੱਛਾ ਹਾਂਜੀ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਜਦੋਂ ਆਰਮੀ ਛੱਡ ਕੇ ਆਇਆ ਮੈਂ ਉਦੋਂ ਫਿਰ ਜਾਨੂੰ ਉਹ ਗੈਪ ਪੈ ਜਾਂਦਾ ਨਾ ਸਟੱਡੀ ਦੇ ਵਿੱਚ ਉਹ ਹੋ ਗਿਆ ਸੀ ਹਾਂਜੀ ਅੱਛਾ ਜੀ ਤਾਂ ਕਰਕੇ ਤੁਹਾਡੀ ਪੜਾਈ ਬੱਚੇ ਦੀ ਹਾਂਜੀ ਹਾਂਜੀ ਅੱਛਾ ਇੱਕ ਹੋਰ ਵੀ ਕੇਸ ਆਇਆ ਜਿੱਦਾਂ ਕਿ ਕਹਿੰਦੇ ਕਿ ਕੀਤੀ 10ਵੀਂ ਹੈ ਤੇ ਸਰਟੀਫਿਕੇਟ ਆਪਣੇ ਕੋਲ ਪਲੱਸ 2 ਵਾਲਾ ਹੈ ਉਹ ਵੀ ਕਾਰਡ ਆ ਉਹ ਉਹ ਕਈ ਗਲਤ ਸਮਝ ਹੀ ਜਾਂਦੇ ਖਰੇ ਵੀ ਨੇ ਜਿਗਾੜ ਲਾ ਕੇ ਲਿਆ ਹੋਇਆ ਪਲੱਸ 2 ਦਾ ਸਰਟੀਫਿਕੇਟ ਉਹਦਾ ਮਤਲਬ ਇਹ ਹੈਗਾ ਵੀ ਜਿੱਦਾਂ ਵੀ ਮੈਂ ਦਿਲੋਂ 10ਵੀਂ ਤੱਕ ਪੜਿਆ ਆ ਅੱਛਾ ਜੀ ਪਲਸ 2 ਦਾ ਮੈਂ ਫਾਰਮੈਲਟੀ ਕੀਤੀ ਆ ਮਤਲਬ ਕਿ ਪੇਪਰ ਪਾਉਣੇ ਗਿਆ ਸੀ ਮਤਲਬ ਕਿ ਕਿਉਂਕਿ ਲੋਕ ਇਆਂ ਸੋਚਦੇ ਨੇ ਖਰੇ ਕਿ ਕੀਤੀ 10ਵੀਂ ਤੇ ਜਿਹੜਾ ਸਰਟੀਫਿਕੇਟ ਪਲਸ 2 ਵਾਲਾ ਹੈ ਹਾਂਜੀ 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 ਇਹ ਹਾਂਜੀ ਕਾਫੀ ਮੈਨੂੰ ਬੰਦੇ ਮਿਲਦੇ ਆ ਵੀ ਤੁਸੀਂ ਇੰਟਰਵਿਊ 'ਚ ਐਦਾਂ ਕਿਹਾ ਸੀ ਤੇ ਮਤਲਬ ਇਹਦਾ ਅਸਲ ਦੇ ਵਿੱਚ ਮੇਨ ਕਹਿਣ ਦਾ ਮਤਲਬ ਇਹ ਸੀ ਵੀ ਮੈਂ 10ਵੀਂ ਤੱਕ ਸੀਰੀਅਸਲੀ ਪੜਿਆ ਦਿਲੋਂ ਅੱਛਾ ਜੀ ਉਸ ਤੋਂ ਬਾਅਦ ਵੀ ਖੇਡਣ ਖੁੱਡਣ ਲੱਪੇ ਜ਼ਿਆਦਾ ਗੇਮਾਂ ਵਗੈਰਾ ਦੇ ਵਿੱਚ ਗੇਮਿੰਗ ਦੇ ਵਿੱਚ ਪੈ ਗਏ ਸੀ ਹਾਂਜੀ ਸਹੀ ਤਾਂ ਲੋ ਜੀ ਤੁਹਾਨੂੰ ਦੱਸ ਦਿੱਤੀ ਕਿ ਉਹਨਾਂ ਨੇ 12ਵੀਂ ਕੀਤੀ ਹੋਈ ਐ ਐਵੇਂ ਗੱਲਾਂ ਬਣੀਆਂ ਚਲੋ ਵੀਰੇ ਹੋਰ ਵੀ ਗੱਲਾਂ ਕਰਾਂਗੇ ਤੁਹਾਡੇ ਲੇਟੈਸਟ ਟਰੈਕ ਦੇ ਬਾਰੇ ਪਰ ਉਸ ਤੋਂ ਪਹਿਲਾਂ ਕਿ ਨਿੱਕਾ ਜਿਹਾ ਬ੍ਰੇਕ ਲੈਨੇ ਆ ਜੀ ਤਾਂ ਦੋਸਤੋ ਤੁਸੀਂ ਕਿਤੇ ਨੇ ਜਾਣਾ ਜੀ ਮਿਲਦੇ ਆ ਕਿ ਨਿੱਕੇ ਜਿਹੇ ਛੋਟੇ ਜਿਹੇ ਬ੍ਰੇਕ ਦੋਸਤੋ ਪਰ ਵੈਲਕਮ ਬੈਕ ਸੋਨੋ ਬ੍ਰੇਕ ਤਬਾ ਸਵਾਗਤ ਸਭ ਦਾ ਪੀਟੀਸੀ ਸਪੌਟਲਾਈਟ ਦੇ ਵਿੱਚ ਅੱਜ ਗੱਲ ਕਰ ਰਿਹਾ ਇੰਦਰ ਪੰਡੋਰੀ ਦੇ ਨਾਲ ਭਾਜੀ ਵੈਲਕਮ ਬੈਕ ਥੈਂਕ ਯੂ ਭਾਜੀ ਅੱਛਾ ਇੰਦਰ ਪੰਡੋਰੀ ਜਿਹੜਾ ਨਾਮ ਬੜਾ ਡਿਫਰੈਂਟ ਆ ਆਪਣੇ ਆਪ ਦੇ ਵਿੱਚ ਹੈ ਨਾ ਪੰਡੋਰੀ ਕੀ ਪਿੰਡ ਦਾ ਨਾਮ ਪਿੰਡ ਹੈ ਇਹ ਪਿੰਡ ਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਪਿੰਡ ਦੇਵੀ ਮਖਸੂਸਪੁਰੀ ਭਾਈ ਗੀਤਕਾਰੀ ਦੇ ਵਿੱਚ ਗਾਇਕੀ ਦੇ ਵਿੱਚ ਸ਼ਾਇਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਤੇ ਉਹਨਾਂ ਦੇ ਨਾਲ ਦਾ ਮੇਰਾ ਪਿੰਡ ਹੈ ਜੀ ਪੰਡੋਰੀ ਗੰਗਾ ਸਿੰਘ ਪੂਰਾ ਪਿੰਡ ਦਾ ਨਾਮ ਪੰਡੋਰੀ ਗੰਗਾ ਸਿੰਘ ਅੱਛਾ ਜੀ ਹਾਂਜੀ ਤੇ ਮੈਂ ਮੇਰਾ ਨਾਮ ਵੈਸੇ ਇੰਦਰ ਪ੍ਰਤਾਪ ਸਿੰਘ ਉਹਦੇ ਚੋਂ ਮੈਂ ਇੰਦਰ ਕੱਢ ਲਿਆ ਪਿੰਡ ਚੋਂ ਪੰਡੋਰੀ ਕੱਢ ਲਿਆ ਤਾਂ ਦੋਨੇ ਜੋੜਤੇ ਜੀ ਕੀ ਬਾਤ ਹੈ ਉਹ ਪਛਾਣ ਬਣ ਗਈ ਨਾ ਪਿੰਡ ਦੇ ਨਾਮ ਤੋਂ ਹਾਂਜੀ ਹਾਂਜੀ ਤਾਂ ਜਦੋਂ ਪਿੰਡ ਜਾਂਦੇ ਹੋਣ ਲੋਕੀ ਮਾਣ ਮਹਿਸੂਸ ਕਰਦੇ ਹੋਣਗੇ ਹਾਂਜੀ ਬਹੁਤ ਜੀ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਵੈਸੇ ਤੇ ਤੁਹਾਨੂੰ ਪਿਆਰ ਕਰਨ ਵਾਲੇ ਵੀ ਹੁੰਦੇ ਆ ਤੇ ਥੋੜੇ ਜਿਹੇ ਟੇਡੇ ਵੀ ਹੁੰਦੇ ਆ ਤੇ ਪਰ ਜਿਆਦਾ ਇੰਨਾ ਮੈਂ ਲੱਕੀ ਵੀ ਜਿਆਦਾ ਪਿਆਰ ਕਰਨ ਵਾਲੇ ਆ ਪਿੰਡ ਤਾਂ ਵੈਸੇ ਸਾਰੇ ਹੀ ਬਹੁਤ ਜਿਆਦਾ ਮਾਣ ਕਰਦੇ ਮੇਰਾ ਤੇ ਵੈਸੇ ਇੱਕ ਦਾ ਟੋਕਨ ਵਾਲਾ ਵੀ ਹੋਣਾ ਚਾਹੀਦਾ ਨਾ ਨਾ ਕਰਕੇ ਬੰਦਾ ਥੋੜਾ ਜਿਹਾ ਉਸ ਤਰਕ ਰੇਂਦਾ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਹੁਣ ਗੱਲ ਕਰਦੇ ਆ ਡੋਲੀ ਵਾਲੀ ਕਾਰ ਦੀ ਸੋ ਇਹ ਤੁਹਾਡਾ ਤੀਸਰਾ ਗਾਣਾ ਆਈ ਥਿੰਕ ਜਿਹੜਾ ਤੁਸੀਂ ਆਪ ਗਾਇਆ ਹਨਾ ਜੋ ਇਹਦੀ ਪਲੈਨਿੰਗ ਭਾਜੀ ਕਿਵੇਂ ਬਣੀ ਇਹ ਜੀ ਜਦੋਂ ਮੈਂ ਲਿਖਿਆ ਸੀਗਾ ਤੇ ਇਹ ਜੇ ਕਿ ਭਾਜੀ ਨੇ ਮਿਊਜ਼ਿਕ ਮੈਂ ਵੈਸੇ ਹੀ ਉੱਥੇ ਕਰਕੇ ਆਇਆ ਸੀਗਾ ਗਾਣਾ ਡੰਮੀ ਗਾਇਆ ਸੀ ਤੇ ਉਹ ਵਧੀਆ ਬਣ ਗਿਆ ਫਿਰ ਆਪ ਡਿਸੀਜਨ ਲੈ ਲਿਆ ਗਾਉਣਾ ਆ ਤੇ ਫਿਰ ਮੇਰੇ ਵਿਆਹਾਂ ਦਾ ਸੀਜ਼ਨ ਆ ਗਿਆ ਤੇ ਵਿਆਹਾਂ ਵਾਲਾ ਗਾਣਾ ਕਰਨਾ ਸੀ ਆਪਣੇ ਭਾਜੀ ਕੁਲਵਿੰਦਰ ਭਾਜੀ ਫੋਕ ਕਾਰਟ ਕੰਪਨੀ ਤੋਂ ਜਿਨ੍ਹਾਂ ਚ ਮੈਂ ਜਿਹੜੀ ਕੰਪਨੀ ਚ ਗਾਣੇ ਕਰਦਾ ਤੇ ਉਹਨਾਂ ਨੇ ਕਿਹਾ ਸੀ ਵੀ ਕੋਈ ਵਿਆਹਾਂ ਵਾਲਾ ਗਾਣਾ ਕਰ ਹੁਣ ਫਿਰ ਮੇਰੇ ਪਿਆਰ ਪ੍ਰੋਗਰਾਮ ਵੀ ਲਾਉਣੇ ਆ ਤੇ ਤਾਂ ਫਿਰ ਮੈਂ ਡੋਲੀ ਵਾਲੀ ਗਾਣਾ ਕੀਤਾ ਜੀ ਅ ਤੁਸੀਂ ਇਸ ਚੀਜ਼ ਨਾਲ ਤਾਲੁਕ ਰੱਖਦੇ ਹੋ ਕਿ ਭਈ ਸੈਲਾਂ ਦੇ ਵਿੱਚ ਵਿਆਹਨ ਸੀਜ਼ਨ ਦੇ ਵਿੱਚ ਇਦਾਂ ਦੇ ਗਾਣੇ ਗਾਓ ਫਿਰ ਬਾਅਦ ਚ ਸੈੱਡ ਗਾਓ ਜਾਂ ਕੋਈ ਨਹੀਂ ਸੀਜ਼ਨ ਹੁੰਦਾ ਨਹੀਂ ਇਹ ਸੀਜ਼ਨ ਵੈਸੇ ਹੁੰਦਾ ਵੀ ਹੈ ਨਹੀਂ ਵੀ ਹੁੰਦਾ ਮੇਰੇ ਹਿਸਾਬ ਨਾਲ ਸਟਾਰਟਿੰਗ ਦੇ ਵਿੱਚ ਹੁੰਦਾ ਅੱਛਾ ਜੀ ਹਾਂਜੀ ਫਿਰ ਜਦੋਂ ਬਹੁਤ ਜ਼ਿਆਦਾ ਗਾਣੇ ਆ ਜਾਂਦੇ ਆ ਮਤਲਬ ਕਿ ਇੱਕ ਬਹੁਤ ਵੱਡਾ ਔਰਾ ਬਣ ਜਾਂਦਾ ਆ ਫਿਰ ਫਿਰ ਨਹੀਂ ਮੈਟਰ ਕਰਦਾ ਇਹ ਸਟਾਰਟਿੰਗ ਦੇ ਵਿੱਚ ਥੋੜਾ ਕਰਦਾ ਆ ਸਹੀ ਹੈ ਅੱਛਾ ਇਹ ਜਿਹੜੀ ਆਡੀਓ ਬਣਾਈ ਦੀ ਇਹਦੀ ਕਿਵੇਂ ਪ੍ਰੈਪਰੇਸ਼ਨ ਹੋਈ ਸੀ ਗਾਣੇ ਦੀ ਅ ਆਡੀਓ ਬਣਾਈ ਤਾਂ ਤੁਸੀਂ ਮਤਲਬ ਰਿਕਾਰਡਿੰਗ ਕੀਤੀ ਸੀਗੀ 뮤זיਕ ਕਿੰਨਾ ਨੇ ਕੀਤਾ ਔਰ ਕਿਵੇਂ ਤੁਸੀਂ ਸ਼ੁਰੂਆਤ ਕੀਤੀ ਜੀ ਜਸੀ ਕਟਿਆਲ ਭਾਜੀ ਜਲੰਧਰ ਤੋਂ ਜੇਕੇ ਭਾਜੀ ਉਹਨਾਂ ਨਾਲ ਉਹਨਾਂ ਨੇ 뮤זיਕ ਕੀਤਾ ਉਹਨਾਂ ਨੇ ਮਿਕਸ ਮਾਸਟਰ ਕੀਤਾ ਗਾਣੇ ਨੂੰ ਤੇ ਵੀਡੀਓ ਆਪਣੇ ਬਹੁਤ ਨਾਮੀ ਬੰਦੇ ਆ ਹੈਰੀ ਸਿੰਘ ਪ੍ਰੀਤ ਸਿੰਘ ਤੇ ਉਹਨਾਂ ਨੇ ਵੀਡੀਓ ਕੀਤੀ ਜਲੰਧਰ ਵਿੱਚ ਹੀ ਸ਼ੂਟ ਹੋਇਆ ਸੀ ਇਹਦਾ ਹਾਂਜੀ ਸਹੀ ਆ ਸੋ ਵੀਡੀਓ ਤੇ ਤੇਰਵਾ ਕੈਮਰਾ ਵੀਡੀਓ ਦਾ ਖਾਸ ਕਰਕੇ ਕਿਉਂਕਿ ਐਕਟਿੰਗ ਕਰਨੀ ਬੜੀ ਔਖੀ ਗੱਲ ਆ ਹਨਾ ਆਪਣੇ ਸਿੰਗਰ ਦਾ ਤੁਸੀਂ ਲਿਖ ਹੈਗੇ ਹੋ ਲਿਖਦੇ ਵੀ ਹੋ ਜਦੋਂ ਗੱਲ ਆਉਂਦੀ ਪਰਫਾਰਮ ਕਰਨ ਦੀ ਤਾਂ ਉਹ ਫਿਰ ਥੋੜਾ ਜਿਹਾ ਕਿਤੇ ਨਾ ਕਿਤੇ ਡਿਫਰੈਂਟ ਹੋ ਜਾਂਦਾ ਬਿਲਕੁਲੀ ਤੁਸੀਂ ਕਹਿੰਦਾ ਸਿੰਗਰ ਤਾਂ ਹੈਗੀਆਂ ਮੈਂ ਸਿੰਗਰ ਮੈਂ ਆਪਣੇ ਆਪ ਨੂੰ ਸਿੰਗਰ ਮੰਨਦਾ ਨਹੀਂ ਹਜੇ ਮੈਂ ਰਾਈਟਰ ਹੀ ਸਮਝਦਾ ਸਿੰਗਰ ਮੈਨੂੰ ਲੱਗਦਾ ਵੀ ਜਿੰਨਾ ਕੁ ਮੈਨੂੰ ਗਾਣਾ ਆਉਂਦਾ ਉਹਨਾਂ ਕੋ ਪੰਜਾਬ ਦਾ ਹਰ ਮੁੰਡਾ ਗਾ ਲੈਂਦਾ ਤੁਸੀਂ ਵੀ ਗਾ ਲੈਂਦੇ ਮੈਂ ਸੁਣਦਾ ਸੀ ਤੁਹਾਨੂੰ ਥੈਂਕ ਯੂ ਤੇ ਵੀਡੀਓ ਮੈਂ ਵੈਸੇ ਪਹਿਲਾਂ ਭੰਗੜਾ ਪਾਉਂਦਾ ਰਿਆ ਇੰਡੀਆ ਦੀ ਟੀਮ ਦੇ ਵਿੱਚ ਇੰਡੀਆ ਦੀ ਟੀਮ ਦੇ ਵਿੱਚ ਪਾਇਆ ਮੈਂ ਬਾਹਰ ਵੀ ਫੋਰਨ ਚ ਵੀ ਬਹੁਤ ਪਾ ਕੇ ਆਇਆ ਹਾਂ ਤੇ ਭੰਗੜਾ ਇਹ ਇਹ ਗਾਣਾ ਭੰਗੜੇ ਵਾਲਾ ਸੀ ਓਬਵੀਅਸਲੀ ਇਹਦੇ ਲਈ ਭੰਗੜਾ ਆਉਣਾ ਬਹੁਤ ਜ਼ਰੂਰੀ ਸੀ ਹਾਂਜੀ ਤੇ ਭੰਗੜਾ ਭੰਗੜੇ ਦੀ ਤਿਆਰੀ ਮੇਰੀ ਪਹਿਲੀ ਸੀਗੀ ਤੇ ਬਾਕੀ ਐਕਟਿੰਗ ਦੀ ਹੁੰਦੀ ਐਕਟਿੰਗ ਦਾ ਪਹਿਲਾ ਸਟੈਪ ਤੁਹਾਨੂੰ ਪਤਾ ਐਕਟਿੰਗ ਦਾ ਇਹੀ ਹੁੰਦਾ ਵੀ ਸੰਗਣਾ ਨਹੀਂ ਬਿਲਕੁਲ ਬਾਕੀ ਸਾਰਾ ਕੁਝ ਆਪਣੇ ਆਪ ਹੋ ਜਾਣਾ ਸੰਗ ਕਰ ਛੱਡ ਕੇ ਹੋ ਜਾਂਦਾ ਹਾਂਜੀ ਤੇ ਬਸ ਪਾਇਆ ਹੋਇਆ ਭੰਗੜਾ ਗਾਇਆ ਹੋਇਆ ਸਟੇਜਾਂ ਤੇ ਤੇ ਲੋਕਾਂ ਦੇ ਵਿੱਚ ਵਿਚਰੇ ਹੋਏ ਆ ਤੇ ਇਦਾਂ ਹੀ ਬਾਕੀ ਜਿਹੜੇ ਪ੍ਰੀਤ ਭਾਜੀ ਆ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਤੇ ਆਤੇ ਉਹਨਾਂ ਨੇ ਪਹਿਲਾਂ ਉਹਨਾਂ ਨੇ ਕਲਾਸਾਂ ਵਗੈਰਾ ਲਗਾਈਆਂ ਸੀ ਸਾਰੀਆਂ ਰਿਹਸਲਾ ਹੋਈਆਂ ਸੀ ਅੱਛਾ ਜੀ ਹਾਂਜੀ ਤੇ ਉਹਨਾਂ ਨੇ ਸਾਰਾ ਪਹਿਲੀ ਤਿਆਰ ਕੀਤਾ ਹੋਇਆ ਸੀ ਕੰਮ ਹੈ ਨਾ ਜਿਹੜਾ ਟਾਈਟਲ ਉਹ ਕਿੰਨੇ ਰੱਖਿਆ ਡੋਲੀ ਵਾਲੀ ਕਾਰ ਉਹ ਮੈਂ ਆਪ ਹੀ ਰੱਖਿਆ ਜੀ ਕਿਉਂਕਿ ਸੁਣਨ ਨੂੰ ਇਹਦਾ ਸੈਟ Song ਹੋਊਗਾ ਜਦੋਂ ਮੈਂ ਵੀਡੀਓ ਦੇਖੀ ਗਾਣਾ ਦੇਖਿਆ ਮੈਨੂੰ ਲੱਗਾ ਇਹ ਤਾਂ ਕੁਝ ਜੰਮਈ ਉਲਟਾ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਤੁਹਾਨੂੰ ਪ੍ਰੀਥੋਣਾਂ ਨੇ ਕਾਫੀ ਗਾਣੇ ਗਾਏ ਨੇ ਦੋਨੇ ਹਾਂਜੀ ਹਾਂਜੀ ਕਿ ਡੋਲੀ ਵਾਲੀ ਕਾਰ ਤੇਰੀ ਤੱਕਾ ਲਾ ਰਿਹਾ ਆਸ਼ਿਕ ਕੁਛ ਕਰ ਰਿਹਾ ਬਟ ਬਿਲਕੁਲ ਡਿਫਰੈਂਟ ਤਰੀਕੇ ਹੁਣ ਤੱਕ ਵੀ ਬਾਈਟਾਂ ਵਗੈਰਾ ਆਈ ਜਾਂਦੀਆਂ ਇੰਸਟਾਗ੍ਰਾਮ ਤੇ ਸਨੈਪਚੈਟ ਦੇ ਉੱਤੇ ਅੱਛਾ ਜੀ ਤੇ ਸ਼ੇਅਰ ਕਰੀ ਜਾਂਦੇ ਆ ਸਹੀ ਹੈ ਹਾਂਜੀ ਅੱਛਾ ਜਦੋਂ ਤੁਸੀਂ ਇੱਕ ਨਾ ਲਾਈਵ ਬਦਲ ਜਾਂਦੀ ਬੰਦੇ ਦੀ ਇੱਕ ਟਾਈਮ ਤੋਂ ਬਾਅਦ ਹਾਂਜੀ ਹੁਣ ਤੁਸੀਂ ਤੁਹਾਡਾ ਚਿਹਰਾ ਫੇਮਸ ਹੋ ਗਿਆ ਲੋਕਾਂ ਸਾਹਮਣੇ ਹੈ ਨਾ ਤੁਸੀਂ ਟੀਵੀ ਤੇ ਆ ਰਹੇ ਹੋ ਦੇਖ ਰਹੇ ਹੋ ਘਰ ਦੇ ਵੀ ਦੇਖ ਰਹੇ ਹੋਣਗੇ ਪਿੰਡ ਵਾਲੇ ਵੀ ਦੇਖਦੇ ਨੇ ਬਟ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਕੀ ਚੇਂਜ ਆਇਆ ਕੀ ਰਹਿਣ ਸਹਿਣ ਚ ਕੀ ਬਦਲਾਅ ਆਇਆ ਹੁਣ ਕੁਝ ਖਾਸ ਨਹੀਂ ਆਇਆ ਪਰਸਨਲੀ ਕੁਝ ਨਹੀਂ ਆਇਆ ਮੈਂ ਜਿੱਦਾਂ ਪਹਿਲਾਂ ਮੂਵੀਆ ਵਗੈਰਾ ਦੇਖਣ ਜਾਂਦਾ ਹੁੰਦਾ ਸੀ ਮੈਂ ਉਦੋਂ ਹੀ ਜਾਂਦਾ ਇਕੱਲਾ ਹੀ ਠੀਕ ਤੇ ਪਬਲਿਕਲੀ ਲੋਕੀ ਪਛਾਣਦੇ ਹੋ ਮਿਲਦੇ ਹੋ ਪਛਾਣਦੇ ਆ ਵਧੀਆ ਲੱਗਦਾ ਪਛਾਣਦੇ ਆ ਕਈ ਕਈ ਲੋਕਾਂ ਨਾਲ ਆਪਾਂ ਦੇ ਇਸ ਚ ਤੇ ਮੈਨੂੰ ਬਰ ਵਧੀਆ ਲੱਗਦਾ ਸਹੀ ਹਾਂਜੀ ਤੇ ਮੈਂ ਇੱਦਾਂ ਇਕੱਲਾ ਹੀ ਘੁੰਮਦਾ ਮੈਂ ਜ਼ਿਆਦਾਤਰ ਹਾਂਜੀ ਕਿਆ ਬਾਤ ਭਾਈ ਗੱਲਾਂ ਬਾਤਾਂ ਬਾਕੀ ਚੱਲ ਰਹੀਆਂ ਰਹਿਣਗੀਆਂ ਪਰ ਮੈਂ ਕਹਿੰਦਾ ਇੱਕ ਵਾਰੀ ਗਾਣਾ ਹੋ ਜਾਏ ਇੱਥੇ ਤੜਾ ਲੇਟੈਸਟ ਹਾਂਜੀ ਆਉਣ ਦੇ ਭਾਈ ਡੋਲੀ ਵਾਲੀ ਗੱੜ ਓਏ ਜਦੋਂ ਤੂੰ ਬੇ ਆਉਣ ਆਉਣਾ ਮੈਨੂੰ ਕੱਲ ਵਈ ਬਚੋਲਿਆਂ ਨੂੰ ਦੂਜੀ ਗੱਡੀ ਵਿੱਚ ਕੱਲ ਦਈਂ ਬੈ ਮੱਥਰ ਹੈ ਨਹੀਂ ਹੋਣਾ ਚੁੱਪ ਬੈ ਨਹੀਂ ਹੋਣਾ ਜਿਹੜਾ ਸਾਡੀ ਗੱਲ ਸੁਣੇ ਕੋਈ ਚੋਰ ਨਾ ਹੋਵੇ ਮੈਂ ਤੈਨੂੰ ਮੈਂ ਤੈਨੂੰ ਪਹਿਲੀ ਦੱਸ ਦਿੰਦਾ ਸਾਡੀ ਡੋਲੀ ਵਾਲੀ ਕਾਰ ਵਿੱਚ ਦੋਹਾਂ ਤੋਂ ਬਗੈਰ ਕੋਈ ਹੋਰ ਨਾ ਹੋਵੇ ਮੈਂ ਤੈਨੂੰ ਪਹਿਲੀ ਦੱਸ ਦਿੰਦਾ ਸਾਡੀ ਡੋਲੀ ਵਾਲੀ ਕਾਰ ਵਿੱਚ ਦੋਹਾਂ ਤੋਂ ਬਗੈਰ ਕੋਈ ਹੋਰ ਨਾ ਹੋਵੇ ਕੀ ਆਵਾਜ਼ ਹੈ ਕੀ ਆਵਾਜ਼ ਹੈ ਬਾਕੀ ਸੋਹਣਾ ਲਿਖਿਆ ਭਾਈ ਔਰ ਮੈਨੂੰ ਲੱਗਦਾ ਕਿ ਜਿਹੜਾ ਭੰਗੜਾ ਉਹ ਮਸਟ ਹੈਗਾ ਇਸ ਗਾਣੇ ਦੇ ਲਈ ਹਾਂਜੀ ਹਾਂਜੀ ਬਿਲਕੁਲ ਅੱਛਾ ਇੱਕ ਚੀਜ਼ ਦੱਸੋ ਕਿ ਸਾਫ ਤੋਂ ਬਾਅਦ ਜਿਹੜੀ ਲੋਕਾਂ ਨੂੰ ਗਾਣਾ ਪਸੰਦ ਲਾਈਨ ਅਪਸੰਦ ਆ ਰਿਹਾ ਕਿਹੜੀਆਂ ਆ ਰਹੀਆਂ ਨੇ ਗਾਣੇ ਦੇ ਵਿੱਚ गाने ਦੇ ਵਿੱਚ ਲਾਸਟ ਵਾਲੇ ਅੰਤਰੇ ਦੀਆਂ ਉਹ ਵੀ ਬਹੁਤ ਜ਼ਿਆਦਾ ਆ ਰਹੀਆਂ ਹਾਂ ਉਹ ਵੀ ਹੋ ਜਾਏ ਪਾ ਜੀ ਗਾਣੇ ਹੋ ਆ ਗਈ ਛਗਨਾ ਦੀ ਰਾਤ ਜਦੋਂ ਘਰ ਤੇਰੇ ਵੜ ਗਏ ਹੋ ਗਏ ਬੈਂਡ ਵਾਜੇ ਬੰਦ ਜਦੋਂ ਯਾਰ ਆ ਕੇ ਖੜ ਗਏ ਬਿਲਉਣ ਤਰ ਜੀ ਨਾ ਪੈਗ ਖਾਣ ਤਰ ਜੀ ਨਾ ਲੈਗ ਪਿੱਛੋਂ ਨਾਰ ਤੇਰੀ ਕੱਲੀ ਕਰੇ ਵੋਰ ਨਾ ਹੋਵੇ ਮੈਂ ਤੈਨੂੰ ਮੈਂ ਤੁਹਾਨੂੰ ਪਹਿਲੀ ਦੱਸ ਦਿੰਦਾ ਸਾਡੀ ਡੋਲੀ ਵਾਲੀ ਕਾਰ ਵਿੱਚ ਦੋਹਾਂ ਤੋਂ ਬਗੈਰ ਕੋਈ ਹੋਰ ਨਾ ਹੋਵੇ। ਕੀ ਬਾਤ ਹੈ। ਇਸ ਤੋਂ ਬਾਅਦ ਵੀਡੀਓ ਮਿਲ ਤੁਹਾਨੂੰ ਹਣਾ ਐਤਕ ਦੀ। ਹਾਂਜੀ। ਕੀ ਬਾਤ ਹੈ। ਅੱਛਾ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਹੜੇ ਗਾਣੇ ਲੱਗ ਤੁਹਾਡਾ ਜਿਹੜਾ ਤੁਹਾਡਾ ਪਸੰਦੀਦਾ ਆਪਣਾ ਤੇ ਇਹਨਾਂ ਦੇ ਵਿੱਚੋਂ ਸਾਰੇ ਵਧੀਆ ਵੀਰੇ ਮੈਨੂੰ ਪਸੰਦ ਆ ਆਪਣੇ ਜਿਹੜੇ ਪਹਿਲੀ ਜਿਹੜੇ ਆਪਣੇ ਆਪ ਨੂੰ ਪਸੰਦ ਆਉਂਦੇ ਉਹੀ ਗਾਣੇ ਕਰਦੇ ਆ। ਬਿਲਕੁਲ। ਅੱਛਾ ਕੋਈ ਗਾਣਾ ਇਹੋ ਜਿਹਾ ਵੀ ਹੈਗਾ ਜਿਹੜਾ ਤੁਸੀਂ ਬਹੁਤ ਦਿਲ ਨਾਲ ਲਿਖਿਆ ਹੋਵੇ ਔਰ ਦਿੱਤਾ ਵੀ ਹੋਵੇ, ਰਿਕਾਰਡ ਵੀ ਹੋ ਗਿਆ ਹੋਵੇ ਪਰ ਰਿਲੀਜ਼ ਨਾ ਹੋ ਪਾਇਆ ਹੋਵੇ ਕਿਸੇ ਕਾਰਨ ਕਰਕੇ। ਅ ਨਹੀਂ ਮ ਤੇ ਰੀਲਿਸ ਵੀ ਸਾਰੇ ਹੋਣੇ ਆ ਹਾਂਜੀ ਜਿਹੜਾ ਕਿਸੇ ਹੋਰ ਦਿੱਤਾ ਹੋਇਆ ਕੋਈ ਇਦਾਂ ਦਾ ਹਾਂਜੀ ਹਾਂਜੀ ਸਾਰੇ ਹੋਣੇ ਆ ਰੀਲਿਸ ਨਹੀਂ ਤਾਂ ਮੈਂ ਸੁਣਾ ਦੇਣਾ ਇਹ ਤੁਹਾਨੂੰ ਕੋਈ ਨਾ ਕੋਈ ਹਾਂਜੀ ਸਾਰੇ ਆਉਣ ਵਾਲੇ ਗਾਣੇ ਆ ਫਿਰ ਸਹੀ ਆ ਭਾਈ ਹੋਰ ਵੀ ਗੱਲਾਂ ਪਤਾ ਕਰਦੇ ਆ ਪਰ ਉਸ ਤੋਂ ਪਹਿਲਾਂ ਕਿ ਨਿੱਕਾ ਜਿਹਾ ਬ੍ਰੇਕ ਲੈ ਲੈਣਾ ਜੀ ਸੋ ਦੋਸਤੋ ਤੁਸੀਂ ਕਿਤੇ ਨੇ ਜਾਣਾ ਜੀ ਮਿਲਦੇ ਆ ਕਿੰਨੇ ਕ ਜੇ ਛੋਟੇ ਦੇ ਬ੍ਰੇਕ ਦੋਸਤ ਪਰ ਵੈਲਕਮ ਬੈਕ ਜੀ ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਤੇ ਅੱਜ ਗੱਲ ਕਰ ਰਿਹਾ ਇੰਦਰ ਪੰਡੋਰੀ ਦੇ ਨਾਲ ਪੀਟੀਸੀ ਸਪੌਟਲਾਈਟ ਦੇ ਵਿੱਚ ਭਾਈ ਤੁਹਾਡੇ ਗਾਣੇ ਵੈਸੇ ਮੈਨੂੰ ਲੱਗਦਾ ਕਾਫੀ ਮਹਿੰਗੇ ਹੋਣਗੇ ਹਨ ਮੇਰੇ ਜ ਗਾਣੇ ਵੀਰੇ ਮਹੰਗੇ ਆ ਪਰ ਮੈਨੂੰ ਕਦੇ ਅਜੇ ਤੱਕ ਮੈਂ ਕਦੇ ਕਿਸੇ ਤੋਂ ਪੈਸੇ ਲੈੇ ਨਹੀਂ ਅੱਛਾ ਮਤਲਬ ਮੈਨੂੰ ਵੀ ਫਿਰ ਮੈੱਕੋ ਵੀ ਲੈਣੇ ਨਹੀਂ ਨਹੀਂ ਕੋਈ ਨਹੀਂ ਵੀਰੇ ਤੁਹਾਨੂੰ ਐਡੇ ਦੇ ਦਾਂਗੇ ਕਿ ਅੱਜ ਤੱਕ ਮੈਂ ਕਦੇ ਕਿਸੇ ਤੋਂ ਪੈਸੇ ਲੈ ਨਹੀਂ ਕਿਉਂਕਿ ਮੇਰੇ ਤੱਕ ਜਿੰਨੇ ਵੀ ਸਿੰਗਰ ਪਹੁੰਚਦੇ ਸੀ ਮੇਰੇ ਯਾਰਾਂ ਦੋਸਤਾਂ ਦੇ ਥਰੂ ਪਹੁੰਚਦੇ ਸੀ ਅੱਛਾ ਤੇ ਫਿਰ ਮੈਨੂੰ ਇਹ ਹੁੰਦਾ ਸੀ ਯਾਰ ਇਹਦੇ ਨਾਲ ਆਇਆ ਚੱਲ ਛੱਡ ਹਨਾ ਤੇ ਐਦਾਂ ਮਤਲਬ ਕਿ ਐਵੇਂ ਜੇ ਰਿਆ ਕੰਮ ਕਦੇ ਮੈਂ ਕਦੇ ਪੈਸੇ ਲਏ ਨਹੀਂ ਅੱਛਾ ਕਰਦਿਆਂ ਦੀ ਬੜੀ سپورਟ ਦੀ ਲੋਡ ਹੁੰਦੀ ਹੈ ਨਾ ਇਹ ਕੰਮ ਦੇ ਵਿੱਚ ਕਰਦੇ ਹੋਗੇ ਯਾਰ ਦੋਸਤ ਹੋਗੇ ਜਿਆਦਾ سپورਟ ਕਰਦਿਆਂ ਦੀ ਰਹੀ ਕਿ ਯਾਰਾਂ ਦੋਸਤਾਂ ਦੀ ਯਾਰਾਂ ਦੋਸਤਾਂ ਦੀ ਜਿਆਦਾ ਨਹੀਂ ਜਿਆਦਾ ਨਹੀਂ ਕਰਦਿਆਂ ਦੀ ਵੀ ਬਹੁਤ سپورਟ ਮਤਲਬ ਕਿ ਜਾਂ سپورਟ ਤੁਸੀਂ ਇਹੀ ਕਹਿ ਸਕਦੇ ਆ ਵੀ ਕਦੇ ਕੁਝ ਕਿਹਾ ਨਹੀਂ ਉਹਨਾਂ ਨੇ ਮੈਨੂੰ ਵੀ ਕੀ ਕਰਦਾ ਕਿੱਥੇ ਕਰਦਾ ਉਹਨਾਂ ਨੂੰ ਬੜਾ ਯਕੀਨ ਸੀਗੇ ਇਹ ਕੁਝ ਵੱਡਾ ਹੀ ਕਰੇਗਾ ਕੀ ਬਾਤ ਹੈ ਪਰ ਇੱਕ ਚੀਜ਼ ਹੁੰਦੀ ਹੈ ਨਾ ਕਿ ਜਦੋਂ ਕੀ ਸਾਡਾ ਮੁੰਡਾ ਵਧੀਆ ਕਮਾਈ ਕਰਨ ਲੱਗ ਪਿਆ ਹੈ ਨਾ ਤੁਸੀਂ ਕਹਿੰਦੇ ਤੁਸੀਂ ਗਾਣੇ ਫ੍ਰੀ ਦਿੱਤੇ تقريبا ਹੈ ਨਾ ਪੈਸੇ ਨਹੀਂ ਬਣੇਗਾ ਤਾਂ ਵੀ ਫਿਰ ਤੁਸੀਂ ਗਾਣਾ ਰੀਲੀਜ਼ ਕਰਦੇ ਹੋ ਤਾਂ ਪੈਸੇ ਕਾਫੀ ਲੱਗਦੇ ਨੇ ਹੈ ਨਾ ਸੋ ਉਹ ਕਿੱਦਾਂ ਚੱਲਦਾ ਸੀਗਾ ਸਾਰਾ ਕੁਝ ਕਰਦੇ ਨੇ ਟੈਨਸ਼ਨ ਕਿਵੇਂ ਦੂਰ ਹੁੰਦੀ ਸੀਗੀ ਬਸ ਮੈਨੂੰ ਕਰ ਦੇ ਨੇ ਇੱਦਾਂ ਖੁੱਲਾ ਛੱਡਿਆ ਹੋਇਆ ਸੀਗਾ ਅੱਛਾ ਮੇਰੇ ਮੇਰੇ ਦੋ ਵੱਡੇ ਬ੍ਰਦਰ ਹੈ ਉਹਨਾਂ ਤੇ ਜ਼ਿਆਦਾ ਧਿਆਨ ਸੀ ਉਹਨਾਂ ਦਾ ਵੀ ਉਹ ਸੈੱਟ ਹੋ ਜਾਣਾ ਮੇਰਾ ਪਤਾ ਨਹੀਂ ਉਹਨਾਂ ਨੂੰ ਐਵੇਂ ਸੀ ਵੀ ਹੋ ਹੀ ਜਾਏਗਾ ਇਹ ਹੋ ਹੀ ਜਾਏਗਾ ਹਾਂ ਇਹ ਕੁਝ ਵੱਡਾ ਹੀ ਕਰੇਗਾ ਸਾਡਾ ਕੀ ਕਰਦੇ ਕੁਝ ਜਿਹੜੇ ਗਾਣਿਆਂ ਦੀ ਗੱਲ ਕਰਦੇ ਆਂ ਆਪ ਜਿਹੜੇ ਕੀਤੇ ਗਾਣੇ ਉਹ ਮੇਰੇ ਯਾਰਾਂ ਦੋਸਤਾਂ ਨੇ ਕਰਾਏ ਆ ਕੁਲਵਿੰਦਰ ਭਾਜੀ ਸੋਕਰ ਰਿਕਾਰਡ ਕੰਪਨੀ ਉਹਨਾਂ ਦੀ ਅੱਛਾ ਤੇ ਉਹਨਾਂ ਨੇ ਮੇਰੇ ਗਾਣੇ ਕਰਾਏ ਆ ਹਾਂਜੀ ਤੇ ਉਹ ਉਹ ਨਾਲੇ ਨਾਲ ਹੀ ਮੈਂ ਕਰੂੰਗਾ ਫਿਊਚਰ ਦੇ ਵਿੱਚ ਬਿਲਕੁਲ ਹਾਂ ਜੀ ਫਿਰ ਦੋਸਤਾਂ ਦੀ ਗੱਲ ਕਰੀ ਤਾਂ ਦੋਸਤ ਕਿਵੇਂ ਖੜੇ ਨੇ ਨਾਲ ਅੱਜ ਤੱਕ ਸੇਮ ਉਹੀ ਦੋਸਤ ਨੇ ਹਾਂਜੀ ਬਹੁਤ ਜ਼ਿਆਦਾ ਵਧੀਆ ਵਿੱਚ ਵਿੱਚ ਸ਼ਾਂਤੀ ਲੱਗਦੀ ਰਹਿੰਦੀ ਤੁਹਾਨੂੰ ਪਤਾ ਹੀ ਆ ਬਿਲਕੁਲ ਤੇ ਪਰ ਜਿਹੜੇ ਪੁਰਾਣੇ ਆ ਮੇਰੇ ਜਿੱਦਾਂ ਹਰੇਕ ਜ਼ਿਲ੍ਹੇ ਦੇ ਵਿੱਚ ਮੇਰੇ ਪੰਜਾਬ ਦੇ ਵਿੱਚ ਮੋਸਟਲੀ ਵੀ ਸਾਰਿਆਂ ਜ਼ਿਲ੍ਹਾਂ ਦਾ ਜਿੰਨੇ ਵੀ ਬੰਦੇ ਆ ਖਾਸ-ਖਾਸ ਜਾਂ ਮੇਰੇ ਲਈ ਤਾਂ ਖਾਸ ਹੀ ਆ ਤੇ ਉਹਨਾਂ ਨਾਲ ਸਾਰਿਆਂ ਨਾਲ ਬਹੁਤ ਵਧੀਆ ਰਿਲੇਸ਼ਨ ਦਾ ਮੇਰਾ ਪਿਆਰ ਹੈ ਉਹਨਾਂ ਨਾਲ ਬਹੁਤ ਅੱਧਿਕ ਤਾਂ ਹੁਣ ਵਿਆਹੇ ਗਏ ਮੁੰਡੇ ਵਿਆਹ ਤਾਂ ਗਿਆ ਹਾਂ ਜੀ ਮੈਂ ਰਹਿ ਗਿਆ ਤੇ ਬਾਕੀ ਉਹਨਾਂ ਨੇ ਸਾਥ ਬਹੁਤ ਦਿੱਤਾ ਜੀ ਅੱਜ ਤੱਕ ਵਧੀਆ ਨਾਲ ਸਹੀ ਹੈ ਅੱਛਾ ਜਿਵੇਂ ਤੁਸੀਂ ਕਹਿੰਦੇ ਮੈਂ ਪੰਗੜਾ ਪਾਉਂਦਾ ਹਾਂ ਨਾ ਇਡਿਟਰੀਨ ਦੇ ਵਿੱਚ ਪੰਗੜਾ ਪਾਇਆ ਹੋਇਆ ਮੈਂ ਇੰਟਰਨੈਸ਼ਨਲ ਵੀ ਪਰਫਾਰਮ ਕੀਤਾ ਹੈ ਸੋ ਉਹ ਪੰਗੜਾ ਨਾਲ ਨਾਲ ਚੱਲ ਰਿਹਾ ਕਿ ਬਸ ਹੁਣ ਇਕੱਲੀ ਗੀਤ ਗੀਤਕਾਰੀ ਤੇ ਗਾਇਕੀ ਸਾਰਾ ਕੁਝ ਨਹੀਂ ਮੇਰਾ ਪੰਗੜਾ ਪਹਿਲਾਂ ਜੀ ਅੱਛਾ ਪੰਗੜਾ ਮੈਂ 2 ਘੰਟੇ ਘੰਟਾ ਦੋ ਘੰਟੇ ਦਾ ਰੋਜ਼ ਲੱਗਦਾ ਹੀ ਆ ਮੇਰੇ ਅੱਛਾ ਮੇਰੇ ਕੋਈ ਨਾ ਕੋਈ ਮੇਰੇ ਕੋ ਮੇਰੇ ਫਰੈਂਡ ਮੇਰੇ ਮੋਸਟਲੀ ਭੰਗੜੇ ਵਾਲੇ ਮਿੱਤਰ ਸੀਗੇ ਅੱਛਾ ਜੀ ਕੋਈ ਨਾ ਕੋਈ ਮੇਰੇ ਕੋ ਆਇਆ ਰਹਿੰਦਾ ਜਿੱਦਾਂ ਕੋਈ ਦੋ ਦਿਨ ਰਹਿ ਗਿਆ ਕੋਈ ਤਿੰਨ ਦਿਨ ਰਹਿ ਗਿਆ ਅੱਛਾ ਫਿਰ ਮੈਸ਼ਅਪ ਚੱਲਦੇ ਰਹਿੰਦੇ ਆ ਕੀ ਬਾਤ ਹੈ ਤੂੰ ਕਰਕੇ ਦਿਖਾ ਤੇ ਹੁਣ ਪਰਫਾਰਮ ਨਹੀਂ ਕਰਦੇ ਕਿਤੇ ਵੀਡੀਓ ਪਾਉਂਦੇ ਨਹੀਂ ਆਪਣੇ ਕਿਤੇ ਫਿਰ ਹੋਰ ਨਹੀਂ ਹਾਂਜੀ ਹੁਣ ਕਰਾਂਗੇ ਸ਼ੁਰੂ ਅੱਛਾ ਹੁਣ ਆਪਣੇ ਇੱਕ ਅਕੈਡਮੀ ਆ ਉੱਥੇ ਮੇਰੇ ਫਰੈਂਡ ਨੇ ਖੋਲ੍ਹੀ ਆ अच्छा जी ਤੇ ਹੁਣ ਉੱਥੇ ਆਪਾਂ ਕਰਿਆ ਕਰਾਂਗੇ ਹੁਣ ਵੀਡੀਓ ਪਾਇਆ ਕਰਾਂਗੇ ਇਹ ਸੋਚਿਆ ਹੋਇਆ YouTube ਚੈਨਲ ਆਪਣਾ ਵੀ ਇੰਦਰ ਪੰਡੋਰੀ ਦੇ ਨਾਮ ਤੋਂ ਬਣਿਆ ਹੋਇਆ ਅੱਛਾ ਜੀ ਤੇ ਉਹ ਸਪੈਸ਼ਲ ਹੁਣ ਭੰਗੜੇ ਦੇ ਲਈ ਅਸੀਂ ਬਣਾਇਆ ਤੇ ਉਹਦੇ ਤੇ ਵੀਡੀਓ ਪਾਇਆ ਕਰਾਂਗੇ ਹਾਂਜੀ ਇਹ ਤੁਸੀਂ ਬੜੀ ਵਧੀਆ ਗੱਲ ਪੁੱਛ ਲਈ ਚਲੋ ਹਾਂ ਕਿਉਂਕਿ ਜ਼ਰੂਰੀ ਜੇ ਇਹਨਾਂ ਟੈਲੈਂਟ ਹੈਗਾ ਤਾਂ ਸਾਹਮਣੇ ਵੀ ਆਉਣਾ ਚਾਹੀਦਾ ਹਾਂਜੀ ਥੋੜਾ ਜਿਹਾ ਉਹਦੇ ਲਈ ਤਿਆਰੀ ਹੁੰਦੀ ਹੈ ਜਾਂ ਕੁਝ ਵੀ ਆ ਤੇ ਵਿੱਚ ਜੇ ਮੇਰੇ ਗੋਡੇ ਤੇ ਸੱਟ ਲੱਗ ਗਈ ਸੀਗੀ ਅੱਛਾ ਜੀ ਤੇ ਫਿਰ ਮੈਂ 2 ਸਾਲ ਲਗਾਤਾਰ ਛੱਡੀ ਰੱਖਿਆ अच्छा तो उन्ने टाइम च मेरी गीतकारी ਵੱਲੋਂ ਹੋ ਗਿਆ ਮੈਂ ਜ਼ਿਆਦਾ ਹਨਾ ਤੇ ਫਿਰ ਜਿੰਮ ਜਮ ਲਾਉਂਦਾ ਰਿਆ ਜ਼ਿਆਦਾ ਠੀਕ ਹੈ ਜੀ ਫਿਰ ਗਾਣਿਆਂ ਤੋਂ ਪਹਿਲਾਂ ਫਿਰ ਮੈਂ ਭੰਗੜਾ ਸ਼ੁਰੂ ਕੀਤਾ ਤਾਂ ਉਹ ਤੁਹਾਨੂੰ ਪਤਾ ਜਿੰਮ ਵਾਲਾ ਜਿਹੜਾ ਸਰੀਰ ਹੁੰਦਾ ਉਹ ਚ ਲਚਕ ਨਹੀਂ ਰਹਿੰਦੀ ਥੋੜੀ ਘਟ ਜਾਂਦੀ ਹੈ ਹਾਂਜੀ ਹਾਂਜੀ ਪਹਿਲਾਂ ਫਿਰ ਮੈਂ ਉਹ ਸੈਟ ਕੀਤਾ ਅੱਛਾ ਲੱਗ ਸੈਟ ਕੀਤਾ ਹੁਣ ਦੁਬਾਰਾ ਮੈਂ ਬੈਕ ਟੂ ਬੇਸਿਕਸ ਹੁੰਦਾ ਤਾਂ ਬੈਕ ਟੂ ਭੰਗੜੇ ਤੇ ਆ ਗਿਆ ਹੁਣ ਮੈਂ ਭੰਗੜਾ ਹੀ ਕਰਦਾ ਮੈਂ ਸਹੀ ਹਾਂਜੀ ਅਜਾ ਸਕੂਨ ਕਿਤੇ ਚ ਮਿਲਦਾ ਭੰਗੜਾ ਪਾ ਕੇ ਗਾਣੇ ਲਿਖ ਕੇ ਜਾਂ ਗਾਣੇ ਗਾ ਕੇ ਸਕੂਨ ਮਿਲਦਾ ਲਿਖ ਕੇ ਅੱਛਾ ਖੁਸ਼ੀ ਮਿਲਦੀ ਭੰਗੜਾ ਦਾ ਤੇ ਗਾਇਕੀ ਕਰਕੇ ਉਹ ਤਾਂ ਫੇਰ ਪਿਆਰ ਮਿਲਦਾ ਨਾ ਕੀ ਬਾਤ ਐ ਤਾਂ ਨਹੀਂ ਕਿਸੇ ਨੂੰ ਦਿਖਾਉਣ ਲਈ ਗਾਇਕੀ ਸ਼ੁਰੂ ਕੀਤੀ ਹੋਵੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਮੇਰੇ ਤਾਂ ਮੈਂ ਤਾਂ ਆਪਣੇ ਤੁਹਾਨੂੰ ਦੱਸਾਂ ਮੈਂ ਆਪਣੇ ਯਾਰਾਂ ਦੋਸਤਾਂ ਦੇ ਅੰਦਰ ਆ ਜਿੰਨੀ ਵੀ ਟੀਮ ਆ ਮੇਰੇ ਕੋਈ ਉਹਨਾਂ ਚੋਂ ਮੈਨੇਜਰ ਨਹੀਂ ਕੋਈ ਕੁਝ ਨਹੀਂ ਮੇਰੇ ਮਿੱਤਰ ਨੇ ਮੇਰੇ ਜਿਹੜੇ ਪਹਿਲਾਂ ਤੋਂ ਨਾਲ ਨੇ ਅੱਛਾ ਜੀ ਉਹਨਾਂ ਦਾ ਇਸ਼ਾਰਾ ਹੁੰਦਾ ਵੀ ਹੁਣ ਤੂੰ ਇਧਰ ਨੂੰ ਹੋ ਜਾ ਬਸ ਕੀ ਬਾਤ ਹਾਂਜੀ ਅੱਛਾ ਅੱਗੇ ਕੀ ਲੈ ਕੇ ਆ ਰਹੇ ਪੰਡੋਰੀ ਸਾਹਿਬ ਅੱਗੇ ਬਸ ਕੋਈ ਫਿਊਚਰ ਤਾਂ ਵੈਸੇ ਤਾਂ ਕਹਿੰਦੇ ਹੁੰਦੇ ਵੀ ਮਿੰਟ ਦਾ ਨਹੀਂ ਪਤਾ ਇੱਥੋਂ ਸਟੂਡੀਓ ਚ ਨਿਕਲਣ ਦੇ ਨਾਲ ਕਿਸੇ ਨਾ ਬੰਦੇ ਦਾ ਕੀ ਹੋ ਜਾਣਾ ਮੈਂ ਕਦੇ ਬੜਾ ਲੰਬਾ ਸੋਚਦਾ ਨਹੀਂ ਇਸ ਚੀਜ਼ ਨੂੰ ਲੈ ਕੇ ਪਰ ਪਰ ਕੋਈ ਪਲਾਨ ਹੋ ਗਿਆ ਬਾਬਾ ਸੁੱਖ ਰੱਖਿਓ ਆਪਾਂ ਵੀ ਆਹ ਜਿਹੜੇ ਦੋ ਤਿੰਨ ਕੰਮ ਨੇ ਇਹਨਾਂ ਚ ਹੀ ਖੁਸ਼ੀ ਮਿਲਦੀ ਆ ਲਿਖ ਕੇ ਗਾ ਕੇ ਭੰਗੜਾ ਪਾ ਕੇ ਸਹੀ ਹੈ ਤੇ ਬਸ ਬਾਬਾ ਸੁੱਖ ਰੱਖਿਓ ਤੇ ਅਗਲਾ ਟਰੈਕ ਕਿੰਨੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਅਗਲਾ ਗਾਣਾ ਜੀ ਦਸੰਬਰ ਦੇ ਵਿੱਚ ਆ ਜਾਏਗਾ ਗਾਣਾ ਦਸੰਬਰ ਦੇ ਲਾਸਟ ਤੱਕ ਆਪਾਂ ਕਰ ਦਾਂਗੇ ਕੀ ਸੈਡ ਰੋਮਾਂਟਿਕ ਸੈਡ ਤੇ ਰੋਮਾਂਟਿਕ ਗਾਣਾ ਸੈਡ ਰੋਮਾਂਟਿਕ ਗਾਣੇ ਸੋਵਟਰ ਗਾਣਾ ਉਹ ਵੀ ਕਾਲਜ ਵਾਲਾ ਸੀ ਇਹ ਵੀ ਕਾਲਜ ਵਾਲਾ ਬਟ ਇਹ ਡਿਫਰੈਂਟ ਹੈ ਥੋੜਾ ਇਹ ਹੈਗਾ ਸੈਡ ਰੋਮਾਂਟਿਕਾ ਕੁਝ ਗਾ ਕੇ ਸੁਣਾਉਣਾ ਕੁਝ ਲੈ ਕੇ ਸਰਪ੍ਰਾਈਜ਼ ਨਹੀਂ ਇਹ ਸਰਪ੍ਰਾਈਜ਼ ਹੀ ਹੈ ਇਹ ਕੀ ਕਹਤਾ ਹੈ ਚਲੋ 올 ది ਬੈਸਟ ਤੁਹਾਨੂੰ ਤੁਹਾਡੇ ਅਗਲੇ ਗਾਣੇ ਦੇ ਲਈ ਇਸ ਟਾਈਟਲ ਕੀ ਦੱਸ ਦਿਓ ਇਹਦਾ ਟਾਈਟਲ ਕ੍ਰੈਕ ਕ੍ਰੈਕ ਚਲੋ ਇੰਨਾ ਮੋਸਟਲੀ ਇਹੀ ਰੱਖਾਂਗੇ ਕ੍ਰੈਕ ਆ ਗਾਣਾ ਕ੍ਰੈਕ ਹੈ ਨਾ ਚਲੋ ਜਰੂਰ ਜੀ ਬਟ ਇਹ ਹੈਗਾ ਸੈਡ ਤੇ ਰੋਮਾਂਟਿਕ ਗਾਣਾ ਸਹੀ ਹੈ ਤਾਂ ਟਾਈਟਲ ਜਿਹੜੇ ਵੱਖਰੇ ਹੁੰਦੇ ਨੇ ਟਾਈਟਲ ਥੋੜੇ ਬਿਲਕੁਲ ਡਿਫਰੈਂਟ ਜਿਹੇ ਹੁੰਦੇ ਆ ਸ਼ਰੀਫ ਬਦਮਾਸ਼ ਬਿਲਕੁਲ ਡਿਫਰੈਂਟ ਜਿਹਾ ਸੀ ਇਹ ਸੋਚਦੇ ਕਿਵੇਂ ਯਾਰ ਤੁਸੀਂ ਇਹ ਬਸ ਜਦੋਂ ਗਾਣੇ ਲਿਖਦੇ ਆ ਉਹਦੇ ਦਿਮਾਗ ਚ ਆ ਜਾਂਦਾ ਤੇ ਵੈਸੇ ਤੁਸੀਂ ਕੁਝ ਵੀ ਰੱਖ ਸਕਦੇ ਹੁੰਦੇ ਆ ਟਾਈਟਲ ਮੈਨੂੰ ਪਰਸਨਲੀ ਮੇਰਾ ਇਹ ਆ ਵੀ ਐਕਸਪੀਰੀਅੰਸ ਇਹ ਆ ਵੀ ਜਦੋਂ ਕੋਈ ਗਾਣਾ ਸੁਣਦਾ ਮੰਨ ਲਓ ਕਿਸੇ ਬੱਸ ਚ ਗਾਣਾ ਲੱਗਾ ਆ ਹੂੰ ਹੂੰ ਉਹ ਬੱਸ ਦੇ ਵਿੱਚ ਕਿਸੇ ਨਵੇਂ ਬੰਦੇ ਨੇ ਗਾਣਾ ਸੁਣਿਆ ਹੂੰ ਹੂੰ ਤੇ ਉਹਨੇ ਉਹਨੂੰ ਮੇਨ ਲਾਈਨ ਯਾਦ ਰਹਿ ਗਈ ਹਾਂ ਤਾਂ 메인 ਲਾਈਨ ਦੇ ਵਿੱਚ ਜਿਹਦਾ ਸਵੈਟਰ ਗਾਣੇ ਚ ਸਵੈਟਰ ਜ਼ਿਆਦਾ ਹਾਈਲਾਈਟ ਜੇ ਤੂੰ ਮੇਰਾ ਹੁੰਦਾ ਸਵੈਟਰ ਮੇਰਾ ਸੋਹਣਾ ਵੇ ਮੰਨ ਲਓ ਜੇ ਕਿਸੇ ਨੇ ਉਹ ਗਾਣਾ ਘਰ ਜਾ ਕੇ ਸਰਚ ਕਰਨਾ ਹੋਵੇ ਤਾਂ ਉਹਨੇ ਪਹਿਲਾਂ ਸਵੈਟਰ ਹੀ ਲਿਖਣਾ ਬਿਲਕੁਲ ਤੇ ਤਾਂ ਕਰਕੇ ਮੈਂ ਈਜ਼ੀ ਜੇ ਰੱਖਦਾ ਹੁੰਦਾ ਆਪਣੇ ਬਦੋ ਜਿਹੜੀ 메인 ਲਾਈਨ ਦੇ ਵਿੱਚ ਹਾਈਲਾਈਟ ਹੁੰਦੀ ਆ ਗੱਲ ਸਹੀ ਆ ਉਹਦਾ ਟਾਈਟਲ ਰੱਖਦਾ ਹੁੰਦਾ ਮੈਂ ਕੀ ਬੋਲਦਾ ਚਲੋ ਬਹੁਤ ਵਧੀਆ ਸੋਚ ਆ ਵੀਰੇ ਔਰ ਆਉਣ ਵਾਲੇ ਗਾਣੇ ਦੇ ਲਈ ਬਹੁਤ ਸਾਰੇ ਸ਼ੁਭ ਕਾਮਨਾਵਾਂ ਥੈਂਕ ਯੂ ਸੋ ਮੱਚ ਸਾਡੇ ਸ਼ੋਅ ਦੇ ਵਿੱਚ ਆਉਣ ਲਈ ਥੈਂਕ ਯੂ ਸੋ ਮੱਚ ਬਸੀ ਗੱਲ ਦੀ ਸਰ ਥੈਂਕ ਯੂ